بسم الله الرحمن الرحيم. سامعین محترم، اللہ احکم الحاکمین دی حمد و ثنا دے بعد بے شمار لا تعداد درود و سلام امام الانبیاء، امام الحرمین، سید الثقلین، شفیع المذنبین، رحمت للعالمین، جناب محمد الرسول اللہ صلی اللہ علیہ وسلم دی ذات گرامی دے، صاحبوں اور عزیز ساتھیوں، اللہ خالق و مالک دی مہربانی کرم نوازی ہے کہ اس مالک نے سانو اپنے گھر اندر آن دا اور مل بیٹھن دا موقع میسر فرمایا، اور اے دعا فرمانا اللہ ساڈی سب دی اس حاضری نو شرف قبولیت دے نال ہم کنار فرمائے۔ اس خالق و مالک نے تمام مخلوقات چوں انسان نو سب نالوں افضل اور سب نالوں اعلیٰ بنایا، اور پھر تمام انساناں چوں انبیاء علیہ السلام و السلام دی جماعت نو بہترین جماعت بنایا، اور سارے انبیاء علیہ السلام چوں آمنہ دے در یتیم حضرت محمد الرسول اللہ صلی اللہ علیہ وسلم آپ دی ذات پاک نو ہر لحاظ نال افضل و اعلیٰ اور بہتر و برتر بنا کے مبعوث فرمایا۔ ہر مسلمان دا اے بنیادی عقیدہ کہ جس طرح تمام مخلوقات چوں انسان اعلیٰ، انساناں چوں انبیاء اعلیٰ نے، انبیاء چوں مصطفیٰ اعلیٰ نے، اسی طرح تمام انبیاء علیہ السلام دے بعد ساری نسل آدم چوں اللہ نے پیارے مصطفیٰ دے صحابہ نو جا نسارا نو سب نالوں افضل اور سب نالوں اعلیٰ بنایا، یعنی زمین دے سینے تے بہترین جماعت نبیاں دے بعد پیارے پیغمبر علیہ الصلوۃ والسلام دے صحابہ دی جماعت ہے۔ صحابی دا معنی بڑا عام فہم ہے،
ਸਿਹਾਬੀ ਦਾ ਮਾਨ ਵੈਸੇ ਤੇ ਉਰਫੇ ਆਮ ਦੇ ਅੰਦਰ ਸਾਹਿਬ ਦੋਸਤ ਨੂੰ ਸਾਥੀ ਨੂੰ ਕਿਹਾ ਜਾਂਦਾ ਔਰ ਇਹਦੇ ਅੰਦਰ ਸ਼ੱਕ ਨਹੀਂ ਕਿ ਸਾਥੀ ਤੁਹਾਡੇ ਵੀ ਨੇ ਸਾਥੀ ਸਾਡੇ ਵੀ ਨੇ ਯਾਰ ਸੱਜਣ ਦੋਸਤ ਤੁਹਾਡੇ ਵੀ ਨੇ ਅਤੇ ਸਾਡੇ ਵੀ ਨੇ ਲੇਕਿਨ ਸਾਥੀਆਂ ਸਾਥੀਆਂ ਦਾ ਫਰਕ ਹੈ ਸਾਡੇ ਸਾਥੀ ਚੰਗੇ ਵੀ ਹੋ ਸਕਦੇ ਨੇ ਅਤੇ ਬੁਰੇ ਵੀ ਹੋ ਸਕਦੇ ਨੇ ਵਫਾਦਾਰ ਵੀ ਹੋ ਸਕਦੇ ਨੇ ਬਾ ਵਫਾ ਔਰ ਬੇਵਫਾ ਦੋਨੋਂ ਹੀ ਕਿਸਮਾਂ ਹੋ ਸਕਦੀਆਂ ਨੇ ਲੇਕਿਨ ਪੈਗੰਬਰ ਦੇ ਸਾਥੀਆਂ ਦਾ ਫਰਕ ਇਹ ਵੇ ਕਿ ਨਬੀ ਦੇ ਸਾਥੀ ਉਹ ਚੰਗੇ ਹੀ ਹੋ ਸਕਦੇ ਨੇ ਬੁਰੇ ਹੋ ਸਕਦੇ ਔਰ ਮੁਸਤਫਾ ਅਲੈਹਿ ਸਲਾਮ ਦੇ ਸਾਥੀ ਵਫਾਦਾਰ ਹੀ ਹੋ ਸਕਦੇ ਨੇ ਬੇਵਫਾ ਹੋ ਸਕਦੇ ਨਹੀਂ ਇਹ ਅੱਲਾਹ ਜ਼ੁਲ ਜਲਾਲ ਨੇ ਖਾਸ ਇਜਾਜ਼ ਔਰ ਮਨਸਬ ਤੇ ਮਰਤਬਾ ਆਪਣੇ ਮਹਬੂਬ ਪੈਗੰਬਰ ਅਲੈਹਿ ਸਲਾਤੋ ਵਸਲਾਮ ਆਪ ਦੇ ਯਾਰਾਂ ਨੂੰ ਆਪ ਦੇ ਜਾਂ ਨਿਸ਼ਾਨਾਂ ਨੂੰ ਅਤਾ ਫਰਮਾਇਆ ਔਰ ਪੈਗੰਬਰ ਅਲੈਹਿ ਸਲਾਤੋ ਵਸਲਾਮ ਦੇ ਸਾਥੀ ਸਿਹਾਬੀ ਕਿਹਾ ਕਿਹਨੂੰ ਜਾਂਦਾ ਕਿ ਜਿਹਨੇ ਈਮਾਨ ਦੀ ਹਾਲਤ ਅੰਦਰ ਪਿਆਰੇ ਪੈਗੰਬਰ ਅਲੈਹਿ ਸਲਾਤੋ ਵਸਲਾਮ ਦਾ ਰੁਖੇ ਅਨਵਰ ਤੱਕ ਲਿਆ ਈਮਾਨ ਦੀ ਹਾਲਤ ਅੰਦਰ ਹਜ਼ੂਰ ਅਲੈਹਿ ਸਲਾਤੋ ਵਸਲਾਮ ਦਾ ਦੀਦਾਰ ਕਰ ਲਿਆ ਆਪ ਦੀ ਜ਼ਿਆਰਤ ਫਰਮਾ ਲਈਏ ਉਹਦੇ ਵਾਸਤੇ ਜ਼ਰੂਰੀ ਨਹੀਂ ਕਿ ਕਲਮਾ ਪੜ੍ਹਨ ਦੇ ਬਾਅਦ ਉਹ ਕੁ ਦੋ ਚਾਰ ਸਾਲ ਹਜ਼ੂਰ ਅਲੈਹਿ ਸਲਾਮ ਦੇ ਨਾਲ ਰਹਿ ਅਤੇ ਤਾਂ ਹੀ ਸਿਹਾਬੀ ਹੋ ਸਕਦਾ ਕਲਮਾ ਪੜ੍ਹਨ ਦੇ ਬਾਅਦ ਹਜ਼ੂਰ ਅਲੈਹਿ ਸਲਾਮ ਨਾਲ ਕੋ ਪੰਜ ਸੱਤ ਦਸ ਸਾਲ ਰਿਹਾ ਹੋਏ ਤਾਂ ਸਿਹਾਬੀ ਬਣ ਸਕਦਾ ਨਹੀਂ ਸਿਹਾਬੀ ਦੀ ਤਾਰੀਫ ਇਹ ਵੇ ਕਿ ਕਲਮਾ ਪੜ੍ਹਨ ਦੇ ਬਾਅਦ ਇੱਕ ਨਜ਼ਰ ਮੁਸਤਫਾ ਅਲੈਹਿ ਸਲਾਮ ਦਾ ਚਿਹਰਾ ਪਾਕ ਤੱਕ ਲੈ ਅੱਲਾ ਉਹਨੂੰ ਸਿਹਾਬੀ ਬਣਾ ਦਿੰਦੇ ਨੇ ਇੱਕ ਨਜ਼ਰ ਮੁਸਤਫਾ ਅਲੈਹਿ ਸਲਾਮ ਨੂੰ ਤੱਕ ਲੈ ਤੇ ਫਿਰ ਈਮਾਨ ਦੀ ਹਾਲਤ ਅੰਦਰ ਅੱਲਾ ਉਹਨੂੰ ਮੌਤ ਨਸੀਬ ਫਰਮਾ ਦੇ ਅੱਲਾਹ ਜ਼ੁਲ ਜਲਾਲ ਵਲ ਇਕਰਾਮ ਦੇ ਪਾਕ ਪੈਗੰਬਰ ਦੇ ਸਹਾਬਾ ਚ ਇਹ ਬੰਦਾ ਸ਼ਾਮਿਲ ਹੋ ਜਾਏਗਾ ਰੱਬੁਲ ਆਲਮੀਨ ਦੇ ਕੁਰਾਨ ਦੇ ਅਲਫਾਜ਼ ਤੇ ਜ਼ਰਾ ਗੌਰ ਫਰਮਾਨ ਅੱਲਾ ਜ਼ੁਲ ਜਲਾਲ ਫਰਮਾਉਂਦੇ ਨੇ ਓਲਾਇਕਾ ਅਲਾ ਹੁਦਮ ਮਿਰ ਰੱਬਿਹਿਮ ਕਹਿ ਦਿਓ ਕੋਈ ਹਿੰਮਤ ਕਰੋ ਥੋੜ੍ਹੀ ਜਿਹੀ ਮਾਸ਼ਾਅੱਲਾ ਇੰਨੀ ਕਸੀਰ ਤਾਦਾਦ 'ਚ ਆਏ ਹੋ ਅੱਲਾਹ ਦੀ ਤੋਫੀਕ ਨਾਲ ਦਰਗਾਹਪੁਰ ਦੇ ਔਰ ਇਰਦਾ ਗਿਰਦ ਦੇ ਦੋਸਤ ਅਹਬਾਬ ਜਿਸ ਜ਼ੌਕ ਜਿਸ ਮੁਹੱਬਤ ਨਾਲ ਇੰਨੀ ਕਸੀਰ ਤਾਦਾਦ ਅੰਦਰ ਤੁਸੀਂ ਤਸ਼ਰੀਫ ਲਿਆਏ ਹੋ ਅੱਲਾਹ ਸਾਡਾ ਸਾਰਿਆਂ ਦਾ ਆਉਣਾ ਬੈਠਣਾ ਕਬੂਲ ਫਰਮਾ ਲੈ ਆਮੀਨ ਤੇ ਕਹਿ ਦਿਓ ਅੱਲਾਹ ਸਾਡਾ ਸਭ ਦਾ ਆਉਣਾ ਬੈਠਣਾ ਕਬੂਲ ਫਰਮਾ ਲੈ ਮੌਲਨਾ ਸਾਦ ਹਫਿਜ਼ਹੁੱਲਾ ਔਰ ਮੋਹਤਰਮ ਰਾਣਾ ਮੁਹੰਮਦ ਆਸਫ ਖਾਨ ਸ਼ੌਕਤ ਸਾਹਿਬ ਔਰ ਹਸੀਬ ਸਾਹਿਬ ਦੀਗਰ ਇਹਨਾਂ ਦੇ ਅਹਬਾਬ ਜਮਾਤ ਜਿਸ ਜ਼ੌਕ ਜਿਸ ਮੁਹੱਬਤ ਔਰ ਜਿਸ ਪਿਆਰ ਦੇ ਨਾਲ ਇਸ ਪ੍ਰੋਗਰਾਮ ਦਾ ਇੰਤਜ਼ਾਮ ਉਹ ਇਹਤਮਾਮ ਕੀਤਾ ਅੱਲਾਹ ਇਹਨਾਂ ਦੀ ਇਸ ਮਿਹਨਤ ਔਰ ਮੁਹੱਬਤ ਨੂੰ ਸ਼ਰਫੇ ਕਬੂਲੀਅਤ ਅਤਾ ਫਰਮਾਏ ਤਵੱਜੋ ਫਰਮਾਣਾ ਜ਼ਰਾ ਅੱਲਾਹ ਦੇ ਕੁਰਾਨ ਤੇ ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ ਓਲਾਇਕਾ ਅਲਾ ਹੁਦਮ ਮਿਰ ਰੱਬਿਹਿਮ ਬੇਸ ਬੰਦ ਕਰ ਦੋਨੋਂ ਬੰਦ ਕਰਕੇ ਆਵਾਜ਼ ਸਾਦਾ ਕਰ ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ ਓਲਾਇਕਾ ਅਲਾ ਹੁਦਮ ਮਿਰ ਰੱਬਿਹਿਮ ਵਾ ਓਲਾਇਕਾ ਹੁਮੁਲ ਮੁਫਲਿਹੂਨ ਫਰਮਾਇਆ ਇਹ ਮੇਰੇ ਮਹਬੂਬ ਪੈਗੰਬਰ ਅਲੈਹਿਸ ਸਲਾਮ ਇਹ ਹੋਈ ਲੋਕ ਕਿਹੜੇ ਜਿੰਨਾ ਸੋਹਣਿਓ ਤੁਹਾਡਾ ਕਲਮਾ ਪੜਿਆ ਏ ਜਿਹੜੇ ਤੁਹਾਡੀ ਗੁਲਾਮੀ ਇਖਤਿਆਰ ਫਰਮਾ ਚੁੱਕੇ ਨੇ ਇਹ ਮੇਰੇ ਮਹਬੂਬ ਪੈਗੰਬਰ ਜੀ ਇਹ ਤੁਹਾਡੀ ਗੁਲਾਮੀ ਇਖਤਿਆਰ ਕਰਨ ਵਾਲੇ ਲੋਕ ਜਿਹੜੇ ਨੇ ਅਲਾ ਹੁਦਮ ਮਿਰ ਰੱਬਿਹਿਮ
اے کوئی لوگ ہدایت نے، اے کوئی خوش نصیب نے جنہاں نو اللہ نے کامیابیاں دے سرٹیفکیٹ عطا فرما دیتے نے۔ اور اسے واسطے تے نبی علیہ السلام نام لے لے کے فرمایا کرتے سن، آپ فرما دے نے ابو بکر فی الجنہ۔ اے کوئی چھوٹی جی گل نہیں، اے گل عام کوئی مسجد دا خطیب نہیں کہہ رہا، مسجد دا امام نہیں کہہ رہا، اور اے بات کوئی جناب مسجد دا مؤذن نہیں کہہ رہا۔ میں تھوڑا جا اور اگے لے جاواں، او اے بات جہڑی ہے نا جنت دی گارنٹی تے ضمانت، اے کسے بریلوی مسجد دا خطیب نہیں کہہ رہا، کسے دیوبندی مکتبہ فکر دا عالم دین نہیں کہہ رہا، کسے مسلک اہل حدیث دا بڑا خطیب نہیں کہہ رہا۔ او زبان تو جملے ادا ہو رہے ہیں کہ جیڑی زبان جدوں بول دیئے حق بول دیئے تے سچ بول دیئے، اس زبان تو جملے ادا ہو رہے ہیں جدا نام محمد صلی اللہ علیہ وسلم، اس زبان تو جملے ادا ہو رہے ہیں جنہ دے بارے خود قرآن آندا ہے والنجم اذا ہوا، ون نجم اذا ہوا ما ضل صاحبکم وما غوا وما ينطق عن الہوا ان ہوا الا وحی یوحا۔ اے اس زبان چو جملے ادا ہو رہے نے، آپ نام لے لے کے فرما رہے نے ابو بکر فی الجنہ۔ اور درگاہ پوریو اردا گرد تو آن والے ہو ساتھیو، جنوں مصطفیٰ جنتی کہہ دے او دے جنتی ہون چ شک ہو سکدا ہے؟ بولو شاکو ہو سکتا ہے؟ اور جنو جنتی مصطفیٰ فرما دیں، پیارے پیغمبر علیہ السلام فرما رہے ہیں ابو بکر فی الجنہ و عمر فی الجنہ و عثمان فی الجنہ و علی فی الجنہ و طلحہ تو فی الجنہ و سعد فی الجنہ۔ میرے آقا نام لے لے کے فرما رہے نے میرا ابو بکر بھی جنتی ہے، پیارا عمر بھی جنتی ہے رضی اللہ تعالی عنہما۔ پروانیوں قرآن دیو، جنہاں نو جنتی ساری کائنات دے امام علیہ السلام نے فرمایا، یار والا اونا دے جنتی ہون وچ شک کیویں ہو سکدا ہے؟ آؤ ذرا غور کر دے جایا جا، میرے ذمے جو عنوان لگایا گیا کہ میں آمینہ دلال علیہ السلام تو وسلام آپ دے ایک غلام، آپ دے جان نثار، آپ دے صحابی سیدنا جناب فاروق اعظم رضی اللہ تعالی، کہہ دو ذرا رضی اللہ تعالی۔ روٹی شوٹی کھا ہو کہ کوئی نہ کھانی ہے جی؟ اجے کھانی ہے بریانی، تہاڈے واسطے پکی رانا سب کہن دے بریانی تہاڈے واسطے پکی ہے، بھاویں ہولی بولو بھاویں اچھی بولو لب جائے گی، پر ادو جدو میں تہاڈی جان چھڈنی ہے۔ ہاں اس واسطے ذرا پیار محبت نہ بیٹھو، اللہ دے کار چ اینے ذوق نال تے محبت نہ بیٹھیا کرو۔ دنیا دے اندر ایڈی پیاری جگہ ہے ہی نہیں کہ جڈی اعلی جگہ اللہ ذل جلال دے کار نے مسجداں نے۔ بلکہ مینوں یاد آیا کہ ساری کائنات دے امام علیہ السلام دا فرمانے گرامی ہے، آپ فرما دے نے بندہ جدو اپنے گھروں وضو کر کے تے مسجد وال ٹر پیندا نا، سبحان اللہ، پیارے پیغمبر علیہ السلام فرماندے نے اپنے گھروں وضو کر کے مسجد وال ٹریا تے انج سمجھو جویں حاجی احرام بن کے تے حج وال ٹر پیا ہے۔
یہ معمولی جگہ نہیں، یہ اتنی آلہ جگہ، اتنا آلہ مقام ہے۔ آپ فرما دے نے گھروں بو، اسی واسطے میں کہا کرنا وا کہ کوشش کریا کرو گھروں بوزو آ کے، گھروں کر کے بوزو تے مسجد چ آیا کرو، ایویں مسیتے آ کے مولویرا تے روب نہ چاڑ دے رہا کرو۔ تہانوں پتا نہیں لگا پمپ نہیں جے چلایا، پانی کوئی نہیں، تے تینوں بھی رب نے ہاتھ دیتے نے، تو بٹن دبا چھڑ، تینوں بھی اللہ نے عقل دیتی ہے، سمجھ دیتی ہے، فہم دیتی ہے، کوئی ہاتھ ہلا لے، مانجا پھڑ لے، صف چاڑ لے، صفائی کر لے۔ میرا ایمان ہے تو مسجد دی صفائی کر، اللہ تیرے گناہوں دی صفائی کر دیں گے۔ تو مسجد صاف کر، اللہ تیرے گناہ صاف کر دیں گے، معاف فرما دیں گے۔ اس واسطے سونےو اینی اعلی جگہ، اینی پاکیزہ جگہ، اور پیارے پیغمبر دا ایک دوسرا فرمان، آپ فرما دے نے زمین دے سینے تے بدترین جگہ بازار دی جگہ ہے، اے میرے آقا فرما دے نے بہترین جگہ مسجد دی جگہ ہے۔ اس واسطے جدوں اللہ دے گھراں چاؤ مسجداں چاؤ نا، کھل کھلا کے، لہلا کے، مسکرا کے، محبت نال، پیار نال تشریف رکھیا کرو۔ میرے بھائی، میرے برادر، میں تذکرہ کرنا چاہاں گا سیدنا جناب فاروق اعظم رضی اللہ تعالی عنہ، گل پھر اتھے آئے گی مجموعی لحاظ نال، میرے پاک پیغمبر علیہ السلام دے سارے صحابہ، عظمتاں والے، شاناں والے، اعلی مقام والے نے، اللہ نے انہاں نو بڑے بڑے مرتبے عطا فرمائے نے، لیکن او دے اندر بھی رب العالمین نے انہاں نو علیحدہ علیحدہ مرتبے شانہ عطا فرمائیاں نے۔ پیارے ابو بکر صدیق دا نمبر پہلا رضی اللہ تعالی، رضی اللہ تعالی عنہ، پیار تے مصطفیٰ نو سارے غلاماں دے نال، بلکہ ایک دن حضرت فاروق اعظم رضی اللہ تعالی عنہ اور جناب ابو بکر صدیق دی آپس دے اندر ذرا تلخی ہو گئی، کسے گل تو ہو ہی جاندی ہے، سیانے آندے نے ایک تھاں برتن پے ہون تے کسے لے کھڑکی پیندے نے، آپس ساتھی ہون ہر ویلے ہر جگہ کٹھے آ جو ہونا، تے کسے موقع تے کو ماڑی موٹی الجھن ہو ہی سکدی ہے، اینا دوواں دا آپس دے اندر ذرا الجھاؤ ہویا، تے حضرت ابو بکر سمجھ گئے رضی اللہ تعالی عنہ کہ پہل میرے والوں ہوئی ہے، تے جا نالے حضرت فاروق اعظم کولو معذرت کرن لگ پیا، عمر چل یار جان دے، میرے کولو غلطی ہو گئی ہے، میں معذرت خواہاں، جان دیو غصہ۔ حضرت عمر تہانوں پتا ہے ذرا جذباتی سن، تے حضرت عمر خاموش ہو گیا۔ ہن اندازہ کرو کہ بندہ اپنی غلطی مان لے، یہ بڑی وڈی گل ہے۔ ساڈے تے ہن پیو پتر دا اختلاف ہو جائے نا، تے پتر دی کوشش ہوندی ہے ابا میرے کولو معافی منگے، بیٹے دی خواہش ہوندی ہے پیو میرے کولو معذرت کرے، او میرے کولو معافی منگے۔ پر سونےو آپ چک جایا کرو، ماپیاں دے سامنے تے اونجی چک جانا، وڈیاں دے سامنے چک جایا کرو، حق تے ہون دے باوجود اپنے وچ نرمی پیدا کر لیا کرو۔ میرے پاک پیغمبر علیہ السلام دا فرمان ہے توں چک جا، اللہ تینوں اچیاں کر دیں گے، یہ نبی علیہ السلام دا فرمان ہے۔ آپ فرما دے نے توں چک جا، باوجود اس دے تینوں پتہ ہے میں حق تے آں، تے پھر اس دے باوجود نرم ہو جا، اللہ ذوالجلال تینوں نیویاں نہیں رہن دین گے، تینوں اچیاں فرما دین گے۔ حضرت ابو بکر صدیق، کیونکہ میرے پیغمبر دے شاگرد نے، جناب عمر آمینہ دے لال علیہ السلام دے شاگرد نے، پیارے ابو بکر نے ویکھے کہ حضرت عمر غصے دے اندر نے، تے فرمان لگے اچھا عمر گل سن، تو نہیں نا معاف کردہ معذرت قبول کردہ، تا
تے میں پھر جا کے استاد جی نو دسنا وا. سبحان اللہ. استاد کون جدا نام محمد صلی اللہ علیہ وسلم. اللہ دی قسم ساڈا ایمان ہے اس استاد جیسا کائنات اندر استاد کوئی نہیں تے اونا شاگرداں جیسا کائنات اندر شاگرد بھی کوئی نہیں. شاگرد بھی آلہ تے بولو استاد بھی. شاگرد کتنے آلہ نے؟ فرماندے نے شاگردی جنہاں نے پیارے دی کیتی. شاگردی جنہاں نے پیارے دی کیتی عمر ساری اندر نظارے تے بیتی. نظارے تے بیتی اشارے تے بیتی. نظارے تے بیتی اشارے تے بیتی محمد دے سونے دوارے تے بیتی. نبی جی دے فوجاں قطاراں دے ساتھی. نبی جی دے فوجاں قطاراں دے ساتھی. او لیلاں دے ساتھی نہاراں دے ساتھی. سفر حضر آج او مزاراں دے ساتھی. میں قربان جا ایک دن پیارے پیغمبر علی سلام تو وسلام سجے ہاتھ وچ جناب ابو بکر دا ہاتھ, کھبے ہاتھ وچ جناب عمر دا ہاتھ. اسی تے وینے آ نا کہ میں کسے اللہ دے ولی نال نیک آدمی نال مسافہ کرن دا موقع مل گیا. پیر صاحب نال, بزرگ صاحب نال, حضرت صاحب نال, شیخ صاحب نال کتے مسافہ کرن دا ہاتھ ملان دا موقع بن گیا. اسی ہاتھ سنبھال کے لئی پھرنے آ کہ جناب فلاں بزرگاں نال میں مسافہ کیتا, فلاں حضرت صاحب دے ہاتھ نال میرا ہاتھ لگا, فلاں شیخ صاحب دے ہاتھ نال میرا ہاتھ ٹچ ہویا. او صدقے جاواں درگاہ پر والیو, انہاں دی قسمت تے مقدر دے کیا کہنے کہ جنہاں دے ہاتھ آمنہ دے لال دے ہاتھ وچ نے. انہاں دی قسمت دے کیا کہنے کہ جنہ دا ہاتھ محبوب خدا دے ہاتھ وچ, سجے ہاتھ وچ ابو بکر دا ہاتھ, کھبے ہاتھ وچ جناب عمر دا ہاتھ. اینج مسجد نبوی دے اندر میرے آقا تشریف فرمانے تے اینج دوواں یاراں نوں پڑھیا تے آ فرما دے نے جویں اج کٹھے ہاں قیامت نو اسیں انج ہی اٹھائے جاواں گے. جویں اج کٹھے تاں ہی تے تسی ویندے ہو جڑے حاجی حج کر کے آئے نے انہاں نوں پتہ ہے, عمرے والیاں نوں پتہ ہے, جڑے نہیں گیا انہاں نوں بھی کچھ نہ کچھ اندازہ ہے. او تصویراں تسی ویندے ہو جالیاں دیاں کہ جتھے آمنہ دے لال لیٹے نے نال صدیق لیٹے نے, جتھے صدیق لیٹے نے نال جناب فاروق اعظم لیٹے نے. فرمایا جویں اج اسی کٹھے ہاں قیامت نو انج ہی اسی کٹھے اٹھائے جاواں گے. حضرت ابو بکر فرماندے نے عمر میں پھر استاد جی نو جا کے دسنا وا, حضور نو جا کے عرض کرنا وا. حضرت ابو بکر پیارے پیغمبر علیہ السلام دے کول تشریف لے جاندے نے, جا کے عرض کیتے اللہ دے نبی جی عمر نال میری ذرا تلخی ہو گئی ہے, الجھن آ گئی ہے, تے میں معذرت بھی کیتی ہے تے میری معذرت اونا قبول نہیں کیتی. ادھر حال اے وے تے ادھر کی اسی تے خیر نال ایسی گنڈ پلے بن کے رکھنے ہاں نا. اونے ہلے پترا ویر جٹ دا ویر کرانیاں دا ہے, اونے ہا ویر میں کھبے ڈابے چ بن کے رکھ چھڑے. میں مر بھی گیا تے میری نسلاں تیرے کولو بدرا ضرور لین گیا. اے پلے نہ بن چھڑیا کرو,
دل صاف کر لیا کرو، پتہ نہیں کیڑے ویلے دنیا دا سفر مکا جانا، پلے نہ بنیا کرو، نرمیاں کریا کرو۔ میرے پاک پیغمبر علیہ الصلوۃ والسلام، ابو بکر ادھر آئے نے تے ادھر جناب عمر نے سوچیا بھائی ابو بکر نے میرے کو معذرت بھی کیتی ہے تے میں وہ معذرت قبول نہیں کیتی، اے ماڑا کام ہویا، ہن لبن ٹر پیا نے۔ سبحان اللہ، ابو بکر نو جناب عمر لبن ٹر پیا نے، ویکھیا ملاقات نہیں ہوئی تے سوچیا ابو بکر نے ہور جانا کتھے، وے مصطفیٰ کول ہی ہون گے نا۔ حضرت عمر نکلے، اے وی پیچھے پیچھے مصطفیٰ علیہ السلام دے در دولت، سامنے جناب ابو بکر صدیق بیٹھے نے، کائنات امام علیہ السلام دا چہرہ پاک غصے نال سرخ ہو رہے آئے، تے جناب ابو بکر اندازہ کر لیا کہ اللہ دے پاک پیغمبر علیہ السلام غصے وچ نے، اینج دو زانو ہو کے گوڈیاں پار ہو کے بہ کے، ورنہ بندہ اپنی صفائی پیش کر دے، حضور انہیں پہل کیتی جے میں نہیں جے کیتی، بندہ استاد دے سامنے پریاں وچ بیٹھ کے آپ سچا ہون دی کوشش کر دے، اگلے نو نیویاں کرن دی کوشش کر دے۔ پر وا ابو بکر، میں تواڈی عظمت تو صدقے جاواں، حضرت ابو بکر نے محبوب دا چہرہ غصے دی حالت ویکھیا تو زانو ہو کے بیٹھ کے عرض کر دے نے، محبوب سونےو عمر دا قصور کوئی نہیں، غلطی میرے کولوں ہوئی ہے۔ حضور عمر دا کوئی قصور نہیں، پہل میرے کولوں ہوئی ہے، آقا غلطی میرے کولوں ہوئی ہے۔ تے میرے پاک پیغمبر علیہ السلام غصے دا اظہار بھی فرمایا، آپ فرما دے نے عمر گل سن خان، جدوں سارا مکہ میری تکذیب کردا سی، اودوں کلا ابو بکر میری تصدیق کردا سی پیا، رضی اللہ تعالی عنہ۔ میرے بھائی میرے برادر، ویسے تے سارے مصطفیٰ دے یار، مصطفیٰ علیہ السلام دے سارے غلام، ایک تو ایک بڑھ کے عظمتاں والے تے شاناں والے نے، اللہ نے انہاں سارے نو جنت دے سرٹیفکیٹ عطا فرمائے نے، پر انہاں چوں ایک نبی دا یار جنوں خلیفہ ثانی کیا جاندا ہے، ایک میرے پاک پیغمبر دا یار جنہاں نو جرت مند تے بہادر بھی کہیا جاندا، جنہاں نو شجاع کہیا جاندا، پیارے پیغمبر علیہ السلام دا سسر ہون دا شرف بھی ملے آئے، کون؟ جناب فاروق اعظم رضی اللہ تعالی ان۔ اللہ جتھے تیرے نبی دے سارے یار لیٹے نے، انہاں تے رحمت دیاں بارشاں نازل فرمانا۔ جناب فاروق اعظم پیارے پیغمبر علیہ الصلوۃ والسلام تو دور نے، آقا نے اعلان نبوت فرمایا، دعوت دا آغاز فرمایا، تے جگاں دے پیر علیہ الصلوۃ والسلام پہلا انفرادی دعوت دیتی ہے، ایک ایک نو جا کے اللہ دے نبی نے پیغام حق سنایا، پھر حالات بدلے، رب العالمین نے قرآن نازل فرمایا، فرمایا و انذر عشیرتک الاقربین۔ محبوب اپنے رشتے داروں، اپنے قریبیاں نو ڈراؤ، ساڈا پیغام سناؤ۔ تے میرے آقا علیہ السلام نے ہن دعوت دا آغاز فرما دیتا، تے میرے پاک پیغمبر علیہ الصلوۃ والسلام دا کلمہ پڑھن والے غلام چوں ایک غلام سیدنا جناب عمر رضی اللہ تعالی عنہ، جنہاں نو اللہ نے اے شرف عطا فرمایا جڑا اور کسے نبی دے یار نو میسر نہیں آیا۔ جتنے آئے نے، ابو بکر آئے تے اپنی مرضی نال، عثمان آئے تے اپنی مرضی نال، حیدر کرار آئے تے اپنی مرضی نال، طلحہ زبیر آئے تے اپنی مرضی نال، عبیدہ ابن جرہ آئے تے اپنی مرضی نال، سات سعید آئے اپنی مرضی نال، پر وا عمر میں
میں تواڈی عظمتوں قربان جاواں۔ جدو عمر دیاں واریاں آئیاں میرے آقا علیہ السلام رات دیاں تاریکیاں اندر، رات دے سناٹے اندر آقا نے اپنا دامن پھیلایا، کدے اگے بولو کدے اگے، جدوں اوکھا پارا ویلا آئے ہاتھ پھیلانے نے کدے اگے، ترلا کرنا تے کدے اگے، منتاں ہاڑے پانے نے تے کدے اگے، سوال کرنا تے کلے اللہ کولوں کرنا ہے۔ میرے آقا رات دے اندھیرے اندر، رات دے سناٹے اندر اپنے رب نال تاراں جوڑیاں نے، تے آندے کی نے، اللہم اعز الاسلام، اللہم اعز الاسلام، اللہ اسلام نو عزت عطا فرما دے۔ کادے نال سونے مکے وچ دو چودھری نے، کنے چودھراواں تے اور بھی بڑیاں سن نا، لیکن نبی علیہ السلام نے خاص کیتا دو چودھریاں نو بطور خاص۔ اللہ مکے چ دو چودھری نے، ایک خطاب دا بیٹا عمر، ایک حشام دا بیٹا عمر، تے سونے مالکا اینا دوواں چوں ایک چودھری مینوں دے دے، اینا دوواں چوں دوویں کیوں نہیں منگے۔ میں تے سوچن ڈیا سا بھائی دوویں شاید تا نہیں منگے، بھائی دوویں چودھری کٹھے ہو گئے تے کسے آپس وچ ہی چودھرات ہوئی نہ لڑن لگ پین، اس واسطے ایک چودھری منگیا بھی یہ پار ذرا دوجے تے رہے، پریشر ذرا رہے۔ اللہ دو چودھری مکے دے ایک مینو دے دے، تے واقعی پھر عمر دا پریشر رب نے کافراں تے پا چھڑیا، ایسا پریشر پایا، ایسا مکے والیاں دے جڑا ہے سی ہے ہی سی۔ میرے آقا فرمایا کردے سن، عمر جڑے راہوں توں لنگنا او راہ شیطان وی چھڈ جاندا اے، جس راہوں عمر لنگدا ہے او راہ شیطان وی چھڈ جاندا ہے۔ اللہ سونیا انہاں دوواں چوں ایک چودھری مینوں عطا فرما دے، یا حشام دا بیٹا عمر دے دے، یا خطاب دا پتر عمر دے دے۔ اینی گل کہہ کے نا نبی علیہ السلام نے تے ڈوراں رب تے سٹ دیتیاں نے، تے عرش والے رب نے پھر انہاں دوواں چوں انتخاب کیتا تے میرے عمر دا کیتا ہے۔ عمر دا انتخاب، عرش والے خدا دا انتخاب۔ پیارے پیغمبر علیہ السلام نہ مخالفتاں کرن والا، آقا علیہ الصلوۃ والسلام تو دور رہن والا، اور جدو میرے آقا علیہ السلام نے دعا فرمائی عرش والے نے قبول فرمائے۔ ادھر رات دے سناٹے اندر نبی دعا کردے نے بیل، ادھر رات دے اندھیرے اندر مکے والے صلاح کر دینے بیل، ادھر دعا ہو رہی ہے ادھر صلاح ہو رہی ہے۔ صلاح کی ہون رہی ہے؟ محمد نو ختم کیویں کرنا، استغفر اللہ ادا رستہ کیویں بلا کرنا، تے ادا انتخاب کرنا بھی یہ کام کنے کرنا، کدے کولو کروانا۔ اس کام واسطے عمر دا انتخاب ہویا، پر ادھر بھی تے عمر دا انتخاب ہو گیا۔ میرے پاک پیغمبر علیہ السلام دیاں دعاواں نو عرش والے نے رنگ لا دیتا، شرف قبولیت نال مالا مال فرما دیتا ہے، تے حضور علیہ السلام دیاں دعاواں دا سمرا آن ڈیا۔ دے فرماندے نے عمر ٹر پے، عمر چل پے، تے کیفیت کی ہے؟ فرماندے نے ٹر پے آئے عمر، اج تقدیر لے آئی آ، ٹر پہ آئے عمر آج تقدیر لے آئی آ، ستاں آسماناں اتے پہ گئے
ਦੁਹਾਈਆ ਕਹਿਣ ਫਰਿਸ਼ਤੇ ਰੱਬਾ ਤੇਰੀ ਬੇਪਰਵਾਹੀਆ ਚੱਲੇਗਾ ਚਾਲ ਕਿਹੜਾ ਇਹਦੀ ਤਲਵਾਰ ਦੀ ਤੇ ਅਰਸ਼ ਵਾਲਾ ਫਰਮਾ ਰਿਹਾ ਚੁੱਪ ਰਹੋ ਫਰਿਸ਼ਤਿਓ ਅੱਲਾਹ ਪਾਕ ਫਰਮਾਉਂਦਾ ਚੁੱਪ ਰਹੋ ਫਰਿਸ਼ਤਿਓ ਅੱਲਾਹ ਪਾਕ ਫਰਮਾਉਂਦਾ ਹਿਕਮਤ ਮੇਰੀ ਦਾ ਤੁਹਾਨੂੰ ਭੇਤ ਨਹੀਂ ਆਉਂਦਾ ਇਹ ਮੋਮਿਨ ਅੱਜ ਬਨਸੀ ਜਿਹੜਾ ਮੋਮਿਨ ਅੱਜ ਬਨਸੀ ਜਿਹੜਾ ਮਾਰਨ ਪਿਆ ਜਾਮਦਾ ਤੋੜ ਦੇਵੇਗਾ ਅੱਜ ਇਹ ਆਸ ਕੁਫਾਰ ਦੀ ਏਡਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਬਸ ਤੁਸੀਂ ਵੇਖੀ ਜਾਓ ਬਣਦਾ ਕੀ ਏ ਤੇ ਮੈਂ ਕੁਰਬਾਨ ਜਾਵਾਂ ਆਮਿਨਾ ਦੇ ਦੁਰੇ ਯਤੀਮ ਅਲੈ ਸਲਾਮ ਤੋ ਵਸਲਾਮ ਆਪ ਦਾਰੇ ਅਰਕਮ ਦੇ ਅੰਦਰ ਤਸ਼ਰੀਫ ਫਰਮਾ ਨੇ ਜਲਵਾ ਅਫਰੋਜ਼ ਨੇ ਉਮਰ ਆਇਆ ਦੂਰ ਰਹਿਣ ਵਾਲਾ ਜਬ ਤੱਕ ਦੂਰ ਰਿਹਾ ਓਨੀ ਦੇਰ ਤੇ ਦੂਰ ਰਿਹਾ ਤੇ ਹੁਣ ਆਕਾ ਦੀ ਸੋਹਬਤ ਵਿੱਚ ਆਉਣ ਲੱਗਾ ਤੇ ਰਸਤੇ ਕਾਇਨਾਤ ਦਾ ਰੱਬ ਆਪੇ ਹੀ ਬਣਾਉਂਦਾ ਜਾਂਦਾ ਓਏ ਬੰਦੇ ਦੇ ਤੇ ਵਹਿਮੋ ਗੁਮਾਨ ਅੰਦਰ ਨਹੀਂ ਹੁੰਦਾ ਤਸੱਵਰ ਚ ਨਹੀਂ ਹੁੰਦਾ ਕਿ ਮੈਂ ਕਰਨ ਕੀ ਡਿਆ ਵਾਂ ਬਾਜ਼ ਔਕਾਤ ਬੰਦਾ ਉਹ ਕੰਮ ਨਹੀਂ ਕਰ ਸਕਦਾ ਜਿਹੜੇ ਉਹਦੇ ਦੁਸ਼ਮਣ ਕਰ ਛੱਡਦੇ ਨੇ ਉਹਦੇ ਮੁਖਾਲਿਫ ਕਰ ਛੱਡਦੇ ਨੇ ਹਜ਼ਰਤ ਯੂਸਫ ਅਲੀ ਸਲਾਮ ਦੇ ਵਾਕਿਆ ਦੇ ਹਵਾਲੇ ਨਾਲ ਇੱਕ ਬੰਦੇ ਨੇ ਬੜੀ ਗੱਲ ਲਿਖੀ ਉਹਨੇ ਆਖਿਆ ਕਿ ਜੇ ਹਜ਼ਰਤ ਯੂਸਫ ਅਲੀ ਸਲਾਮ ਦੇ ਭਰਾਵਾਂ ਨੂੰ ਇਹ ਪਤਾ ਹੁੰਦਾ ਹਾਲਾਂ ਨਬੀ ਦੇ ਬੇਟੇ ਨੇ ਯੂਸਫ ਅਲੀ ਸਲਾਮ ਦੇ ਭਰਾ ਨਬੀ ਦੇ ਬੇਟੇ ਨੇ ਨਾ ਤੇ ਭਰਾ ਯੂਸਫ ਨੂੰ ਖੂਹ 'ਚ ਸੁੱਟਣ ਲੱਗੇ ਨੇ ਤੇ ਜੇ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਯੂਸਫ ਨੇ ਖੂਹ 'ਚ ਡਿੱਗਣਾ ਤੇ ਰੱਬ ਨੇ ਇਹਨੂੰ ਮਿਸਰ ਦਾ ਤਖ਼ਤ ਦਾ ਵਾਰਸ ਬਣਾ ਦੇਣਾ ਤੇ ਖੂਹ 'ਚ ਸੁੱਟ ਦੇ ਉਹ ਬੋਲੋ ਖੂਹ 'ਚ ਸੁੱਟ ਦੇ ਬਲਕਿ ਇੱਕ ਦੂਜੇ ਨੂੰ ਆਦੇ ਮੈਨੂੰ ਧੱਕਾ ਦੇ ਯਾਰ ਮੈਂ ਵਜ਼ੀਰ ਆਜ਼ਮ ਬਣਨਾ ਹੈਂ ਵਜ਼ੀਰ ਆਜ਼ਮ ਬਣਨ ਦਾ ਮਤਲਬ ਖੂਹ 'ਚ ਇਹਨੂੰ ਸੁੱਟੋ ਆ ਯਾਰ ਮੈਨੂੰ ਧੱਕਾ ਦੇਈ ਮੈਂ ਸਦਰ ਸਾਹਿਬ ਬਣਨਾ ਮੈਂ ਵਜ਼ੀਰ ਆਜ਼ਮ ਬਣਨਾ ਪਰ ਪਤਾ ਹੀ ਨਹੀਂ ਸੀ ਅਰਸ਼ ਵਾਲਾ ਬਾਜ਼ ਔਕਾਤ ਸਾਨੂੰ ਗੱਲਾਂ ਮਹਿਸੂਸ ਹੁੰਦੀਆਂ ਨੇ ਇਹਦੇ ਵਿੱਚ ਨੁਕਸਾਨ ਏ ਅਤੇ ਰੱਬ ਉਹਦੇ ਵਿੱਚ ਖੈਰ ਹੀ ਖੈਰ ਫਰਮਾ ਦਿੰਦੇ ਨੇ ਅਸੀਂ ਸਮਝਨੇ ਆ ਇਹਦੇ ਵਿੱਚ ਖੈਰ ਨਹੀਂ ਅੱਲਾ ਉਹਦੇ ਵਿੱਚ ਖੈਰ ਹੀ ਖੈਰ ਪੈਦਾ ਕਰ ਦਿੰਦੇ ਹੁਣ ਬਜ਼ਾਹਿਰ ਤੇ ਮਾਮੂਲੀ ਗੱਲ ਤੇ ਨਹੀਂ ਨਾ ਕਿ ਭਰਾਵਾਂ ਸਕਿਆ ਭਰਾਵਾਂ ਖੂਹ 'ਚ ਸੁੱਟ ਦਿੱਤਾ ਆਪਣੇ ਭਰਾ ਯੂਸਫ ਨੂੰ ਅਰਸ਼ ਵਾਲੇ ਨੇ ਕਢਾ ਵੀ ਲਿਆ ਤੇ 2 ਕਿਲੋਮੀਟਰ ਦੇ 2 ਮੀਲ ਦੇ ਫਾਸਲੇ ਤੇ ਜਨਾਬ ਯਾਕੂਬ ਅੱਲਾ ਦੇ ਨਬੀ ਨੇ ਤੇ ਅੱਲਾਹ ਜ਼ੁਲ ਜਲਾਲ ਨੇ ਆਪਣੇ ਨਬੀ ਨੂੰ ਵੀ ਖਬਰ ਅਤਾ ਨਹੀਂ ਫਰਮਾਈ ਵੀ ਆਖਰ ਬਾਪ ਏ ਕਿਤੇ ਮੁਹੱਬਤ 'ਚ ਆ ਕੇ ਯੂਸਫ ਨੂੰ ਕਢਾ ਹੀ ਨਾ ਲੈ ਫਰਮਾਇਆ ਮੈਂ ਖੂਹ 'ਚੋਂ ਕਢਾਉਣਾ ਵੀ ਏ ਮਿਸਰ ਤੱਕ ਪਹੁੰਚਾਉਣਾ ਵੀ ਏ ਮੈਂ ਮੰਡੀਆਂ 'ਚ ਯੂਸਫ ਨੂੰ ਵਕਾਉਣਾ ਵੀ ਏ ਅਜ਼ੀਜ਼ੇ ਮਿਸਰ ਦੇ ਘਰੋਂ ਜੇਲੇ ਪਹੁੰਚਾਉਣਾ ਵੀ ਏ ਅਤੇ ਫਿਰ ਜੇਲੋਂ ਕੱਢ ਕੇ ਮਿਸਰ ਦਾ ਬਾਦਸ਼ਾਹ ਬਣਾਉਣਾ ਵੀ ਏ ਇਹ ਮੇਰੇ ਮਾਲਿਕ ਦਾ ਨਿਜ਼ਾਮ ਹੈ ਬਜ਼ਾਹਿਰ ਬੰਦਾ ਕੁਛ ਔਰ ਸੋਚਦਾ ਹੋ ਕੁਝ ਔਰ ਜਾਣਦਾ ਕਿਉਂ ਵਹੀ ਹੋਤਾ ਹੈ ਜੋ ਮਨਜ਼ੂਰ ਖੁਦਾ ਹੋਤਾ ਹੈ ਪਿਆਰੇ ਉਮਰ ਆਏ ਨੇ ਇਰਾਦਾ ਕੁਛ ਔਰ ਮਨਸੂਬਾ ਕੁਛ ਔਰ ਪ੍ਰੋਗਰਾਮ ਕੁਛ ਔਰ ਅਤੇ ਹੁਣ ਆ ਗਿਆ ਨੇ ਭੈਣ ਦੇ ਦਰਵਾਜ਼ੇ 'ਤੇ ਅਤੇ ਕੱਲ੍ਹ ਤੱਕ ਮੇਰੇ ਆਕਾ ਤੋਂ ਦੂਰ ਰਹਿਣ ਵਾਲਾ ਅੱਜ ਆਪਣੀ ਭੈਣ ਦੇ ਦਰਵਾਜ਼ੇ ਤੇ ਆ ਕੇ ਸਵਾਲ ਪਿਆ ਕਰਦਾ ਭੈਣ ਦੇ ਸਾਹਮਣੇ ਅਰਜ਼ਾਂ ਕਰਦਾ ਭੈਣ ਦੇ ਸਾਹਮਣੇ ਤਰਲਾ ਕਰਦਾ ਤੇ ਫਰਮਾਉਂਦੇ ਨੇ ਉਮਰ ਆਖਦਾ ਭੈਣ ਪਨੂਜੇ ਤਾਈ ਉਮਰ ਆਖਦਾ ਭੈਣ ਪਨੂਜੇ ਤਾਈ
ਮੈਨੂੰ ਉਸ ਸਰਕਾਰ ਕੋਲ ਲੈ ਚੱਲੋ ਜਿੱਥੋਂ ਚੁਣੇ ਨੇ ਤੁਸਾਂ ਨੇ ਫੁੱਲ ਨੂਰੀ ਤੇ ਮੈਨੂੰ ਉਸ ਗੁਲਜ਼ਾਰ ਵਿੱਚ ਲੈ ਚੱਲੋ ਘਰੋਂ ਆਇਆ ਸਾਂ ਪਾਪੀ ਮਹਿਮਾਰਨੇ ਨੂੰ ਘਰੋਂ ਆਇਆ ਸਾਂ ਪਾਪੀ ਮਹਿਮਾਰਨੇ ਨੂੰ ਹੁਣ ਮੈਨੂੰ ਮਾਰ ਦੇ ਲੈ ਚੱਲੋ ਮਤੇ ਉਮਰ ਦੇ ਉਮਰ ਬਰਬਾਦ ਹੋ ਜਾ ਮਤੇ ਉਮਰ ਦੀ ਉਮਰ ਬਰਬਾਦ ਹੋ ਜਾ ਤੇ ਜਿੱਥੇ ਉਮਰਾਂ ਸੰਵਾਰ ਦੇ ਲੈ ਚੱਲੋ ਉਹ ਕੱਲ ਤੱਕ ਮੁਸਤਫਾ ਦੀ ਮੁਖਾਲਫਤ ਕਰਨ ਵਾਲਾ ਤੇ ਅੱਜ ਜਦੋਂ ਪਿਆਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਦਾ ਕੁਰਬ ਮਿਲਣ ਲੱਗਾ ਆਪ ਦੀ ਸੋਹਬਤ ਮੁਯਸਰ ਆਉਣ ਲੱਗੀ ਹੈ ਪਿਆਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਦੇ ਦਰਵਾਜ਼ੇ ਤੇ ਆਉਣ ਦੇ ਅੱਲਾਹ ਜ਼ੁਲ ਜਲਾਲ ਨੇ ਅਸਬਾਬ ਪੈਦਾ ਫਰਮਾ ਦਿੱਤੇ ਨੇ ਤੇ ਸਬਬ ਵੀ ਕੌਣ ਹੈ ਆਪਣੀ ਮਾਂ ਜੰਮੀ ਭੈਣ ਫਾਤਿਮਾ ਹੀ ਸਬਬ ਬਣ ਗਈ ਔਰ ਵੀ ਰਵਾਇਤ ਮੁਫਸਰੀਨ ਨੇ ਲਿਖੀਆਂ ਨੇ ਇੱਕ ਰਵਾਇਤ ਇਹ ਵੇ ਕਿ ਜਨਾਬੇ ਉਮਰ ਪਿਆਰੇ ਪੈਗੰਬਰ ਅਲੈਹਿ ਸਲਾਮ ਦੀ ਤਰਫ ਜਦੋਂ ਆ ਰਹੇ ਨੇ ਗੁੱਸੇ ਦੀ ਹਾਲਤ ਦੇ ਅੰਦਰ ਆਪ ਦੀ ਮਾਜ਼ ਅੱਲਾ ਗਰਦਨ ਉਡਾਉਣ ਵਾਸਤੇ ਤੇ ਰਾਹ 'ਚ ਕੋਈ ਮਿਲਿਆ ਉਹਨੇ ਆਖਿਆ ਉਮਰ ਕਿੱਧਰ ਉਹਨੇ ਆ ਤੁਹਾਨੂੰ ਨਹੀਂ ਪਤਾ ਕਿ ਮੁਹੰਮਦ ਨੇ ਬੜਾ ਸਤਾਇਆ ਸੱਲੱਲਾਹੁ ਅਲੈਹਿ ਵਸੱਲਮ ਅਤੇ ਮੈਂ ਚਾਹੁੰਦਾ ਅੱਜ ਮੈਂ ਕਿੱਸਾ ਹੀ ਮੁਕਾ ਦਿਆਂ ਇਸਲਾਮ ਦੀ ਨਾਊਜ਼ ਬਿੱਲਾ ਜਾੜੀ ਕੱਟ ਛੱਡਾਂ ਅਤੇ ਹੈ ਉਹ ਭਾਈਆ ਮਾੜਾ ਸੀ ਸਿਹਾਬੀ ਰਸੂਲ ਕਮਜ਼ੋਰ ਸੀ ਜਿਸਮ ਦਾ ਮਾੜਾ ਸੀ ਈਮਾਨ ਬੜਾ ਮਜ਼ਬੂਤ ਸੀ ਦੁਆ ਕਰੋ ਹਾਂ ਅੱਲਾ ਸਾਡੇ ਵੀ ਈਮਾਨ ਮਜ਼ਬੂਤ ਬਣਾ ਦੇ ਕਹਿਣ ਲੱਗਾ ਉਮਰ ਕੀ ਤਰ੍ਹਾਂ ਬੜਾ ਮੁੱਛਾਂ ਨੂੰ ਵਟਸ਼ਟ ਚਾੜ ਆਈ ਖੈਰੀਅਤ ਹੈ ਨਾ ਕਹਿਣ ਲੱਗਾ ਤੈਨੂੰ ਨਹੀਂ ਪਤਾ ਅੱਜ ਮੁਹੰਮਦ ਦਾ ਕਿੱਸਾ ਹੀ ਮੁਕਾ ਦੇਣਾ ਸੱਲੱਲਾਹੁ ਅਲੈਹਿ ਵਸੱਲਮ ਤੇ ਬੰਦਾ ਬਹਾਦਰ ਆਦਮੀ ਕਹਿਣ ਲੱਗਾ ਉਮਰ ਉੱਧਰ ਫਿਰ ਜਾਈ ਪਹਿਲਾਂ ਆਪਣਾ ਘਰ ਤੇ ਸੰਭਾਲ ਕਿ ਜਿਸ ਨਬੀ ਦਾ ਗਲਾ ਕੱਟਣ ਵਾਸਤੇ ਤੂੰ ਜਾ ਰਿਹਾ ਤੇਰੀ ਭੈਣ ਫਾਤਿਮਾ ਵੀ ਉਸੇ ਜਾਮਿਆ ਮੁਹੰਮਦੀਆ 'ਚ ਦਾਖਲਾ ਲੈ ਲਿਆ ਹੈ ਤੇਰੀ ਮਾਂ ਜੰਮੀ ਭੈਣ ਵੀ ਉਸੇ ਮਦਰਸੇ ਦੀ ਤਾਲਿਬਾ ਬਣ ਗਈ ਹੈ ਕਹਿਣ ਲੱਗਾ ਇਹ ਤੇ ਤਸੱਵਰ ਵੀ ਨਹੀਂ ਮੈਂ ਕਰ ਸਕਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਹਿਣ ਲੱਗਾ ਫਿਰ ਜਾ ਪਹਿਲਾਂ ਜਾ ਕੇ ਤਹਿਕੀਕ ਕਰ ਲੈ ਹੁਣ ਤਹਿਕੀਕ ਹੋਣ ਲੱਗੀ ਹੈ ਤਹਿਕੀਕ ਕੀਤੀ ਹੈ ਅਤੇ ਹਿਦਾਇਤ ਦਾ ਅੱਲਾ ਨੇ ਰਾਹ ਖੋਲ ਦਿੱਤਾ ਦੁਆ ਕਰੋ ਹਾਲਾ ਸਾਨੂੰ ਵੀ ਤਹਿਕੀਕ ਕਰਨ ਦੀ ਤੋਫੀਕ ਅਤਾ ਫਰਮਾ ਹੌਲੀ ਹੌਲੀ ਜ਼ਰਾ ਆਮੀਨ ਆਖਿਆ ਜੇ ਕਿਤੇ ਕਬੂਲ ਨਾ ਹੋ ਜਾਏ ਓਏ ਆਮੀਨ ਤੇ ਕਹਿ ਛੱਡੋ ਕਰਨੀ ਤੁਸੀਂ ਆਪਣੀ ਮਰਜ਼ੀ ਨਾਲ ਆਮੀਨ ਤੇ ਕਹਿ ਦਿਓ ਅੱਲਾ ਤਹਿਕੀਕ ਕਰਨ ਦੀ ਤੌਫੀਕ ਅਤਾ ਫਰਮਾਏ ਮੈਂ ਕਹਾ ਕਰਨਾ ਵਾ ਐਵੇਂ ਨਾ ਪਿੱਛੇ ਟੁਰ ਪਿਆ ਕਰੋ ਇਹ ਹਜ਼ਰਤ ਸਾਹਿਬ ਸਾਡੀ ਮਸਜਿਦ ਦੇ ਇਮਾਮ ਸਾਹਿਬ ਨੇ ਖਤੀਬ ਸਾਂ ਕਿਉਂਕਿ ਮੈਂ ਆਹ ਲਧੀਸ ਹਾਂ ਇਹ ਮੇਰੀ ਮਸਜਿਦ ਦਾ ਖਤੀਬ ਹੈ ਇਹਨੇ ਜੋ ਆਖਿਆ ਬਿਲਕੁਲ ਸੋਲਾ ਉਹਨੇ ਠੀਕ ਆਖਿਆ ਮੈਂ ਮੰਨ ਲੈਂਦਾ ਸੋਲਾ ਉਹਨੇ ਠੀਕ ਆਖਿਆ ਆਹ ਤੇਰੀ ਮਸਜਿਦ ਹੈ ਉਹ ਮੇਰੀ ਮਸਜਿਦ ਹੈ ਉਹ ਫਲਾਣੇ ਦੀ ਮਸਜਿਦ ਹੈ ਮੈਂ ਮੰਨ ਲੈਂਦਾ ਉਹਨੇ ਠੀਕ ਆਖਿਆ ਪਰ ਉਹਦੇ ਕੋਲੋਂ ਇਹਨਾਂ 'ਤੇ ਪੁੱਛ ਲਓ ਹਜ਼ਰਤ ਸਾਹਿਬ ਇਹ ਕੁਰਾਨ ਵਿੱਚ ਕਿੱਥੇ ਲਿਖਿਆ ਹਦੀਸ ਵਿੱਚ ਕਿੱਥੇ ਲਿਖਿਆ ਹੈ ਇਹਨਾਂ 'ਤੇ ਪੁੱਛਣ 'ਚ ਹਰਜ ਕੋਈ ਨਹੀਂ ਨਾ ਹਜ਼ਰਤ ਸਾਹਿਬ ਕੋਈ ਕੁਰਾਨ ਦਾ ਹਵਾਲਾ ਦਿਓ ਕੋਈ ਹਦੀਸ ਦਾ ਹਵਾਲਾ ਦਿਓ ਤਹਿਕੀਕ ਕਰਿਆ ਕਰੋ ਅੱਲਾ ਤਹਿਕੀਕ ਕਰਨ ਦੀ ਤੌਫੀਕ ਅਤਾ ਫਰਮਾ ਦੇ ਲਓ ਹੁਣ ਉਮਰ ਤਹਿਕੀਕ ਕਰਨ ਟੁਰਿਆ ਦੇ ਜਾ ਭੈਣ ਦੇ ਦਰਵਾਜ਼ੇ 'ਤੇ ਪਹੁੰਚੇ ਨੇ ਅੰਦਰੋਂ ਕੋਈ ਪੜ੍ਹਨ ਦੀ ਆਵਾਜ਼ ਆ ਰਹੀ ਹੈ ਦਰਵਾਜ਼ਾ ਖੋਲਿਆ ਹਾਂ ਜਨਾਬ ਖੈਰੀ ਅੰਦਰ ਕੀ ਪੜ੍ਹਦੇ ਸੋ ਪੈ ਕੀ ਤਿਲਾਵਤ ਕਰਦੇ ਸੋ ਪੈ ਫਾਤਿਮਾ ਕਹਿਣ ਲੱਗੀ ਉਮਰ ਜੇ ਸੱਚੀ ਪੁੱਛਣਾ ਤੇ ਅੱਲਾਹ ਦਾ ਕੁਰਾਨ ਪੈ ਪੜ੍ਹਦੇ
सच्ची पूछना ते अल्लाह दा कुरान पे पढ़ते स। अच्छा यदा मतलब है तुसी बेदीन हो गए हो, अस्तगफिरुल्लाह अला याज़ुबिल्लाह बेदीन हो गए हो। फातिमा कहन लगे उमर गल सीधी सीधी है, इनू जो भी लफज देना चाहना गल पहली ते आखरी इको ही, असी मुस्तफा दे गुलाम बन चुके हैं। मैं कुर्बान जावा। उमर कहन लगा नी फातिमा तेरी ते हालत इंज दी, तेरी कैफियत इंज दी से, तू ते मेरे सामने उच्ची साह नहीं से लेंदे, मेरे सामने उच्चा बोलन दी जुर्रत नहीं से कर दे। ए फातिमा मैं घर वड़दा सा, तू अपने घर दे विच रह के छुप जाया कर दी से। फातिमा आज इन्नी दलेरी नाल इन्नी बहादुरी नाल जवाब दे रही है, गल की है। ते फातिमा ने जेड़ा जवाब दिता, आंदी उमर इको मां दी छाती दा दुध पीता, उन्हें तैनू कुफर विच पक्या कर दिता ते मैनू इस्लाम च पक्या कर दिता है। इको मां दा दुध पीता, उन्हें तैनू कुफर च पक्या कर दिता, मैनू इस्लाम विच मजबूत कर दिता है। हुण गुस्से दी हालत दे अंदर ने, ते फिर जदों सैयदा बीबी फातिमा भैन ने कुछ मसाइल तो आगाह किया, हालात तो जरा आगाह किया ना, ते फिर उमर दे दिल दी दुनिया ही बदल गई है। ते उमर हुण तरले करदा पिया, ने फातिमा जेड़ा कुरान तुसी पढ़दे सो लिया के मैनू भी पढ़ा दे, लिया मैं उस कुरान दी तिलावत कर सका, शायद के मेरे दिल दी दुनिया बदल जाए, शायद के मेरे दिल नू चैन ते करार नसीब हो जाए। ते बीबी फातिमा कहन लगे वे उमर गल सुन ला, ए कुरान अल्लाह दी पाक किताब है, ते इनू मुशरक हाथ ला सकदा, ए पाक किताब कली पाक रहमान ने, ए पाक किताब कली पाक रहमान ने, पढ़ दे भी ओह ही जेड़े ए पाक इंसान ने, हाथ नहीं लाउंदे जेड़े मुशरक नादान ने। उमर नू भैन अगों दबका चा मार दिए, ते हुन अर्जा करिंदा लै चल नबी दे कोल नी, हुन अर्जा करिंदा लै चल नबी दे कोल नी, रो रो बख्शाला जेड़े बोले मैं बोलनी, पाक नबी तो सुटा मैं जिंदड़ी नो कोलनी, ता सूरत ताहा पैर काड खिलार दी, चोग मदीने वाले अचानक इनकलाब पैदा हो गया, ते ए उमर जेड़ा पहला गुस्से विच सी अचानक नरमियां विच गुस्सा टल जांदा, हुण मिन्नतां करदा पिया तरले करदा पिया, आंदा फातिमा मेरे ते रहम कर, मेरे ते एहसान कर, अपने मुस्तफा कोल अपने नबी कोल मैनू भी लै चल। ते भैन दा हौसला होर हुण वध गया, ते भैन आंदी है वे तू चोर सरकारी है बेअदब रसूल दा, तू चोर सरकारी है बेअदब रसूल दा, दुश्मन हमेशा रहो नबी मकबूल दा, हाथ
ਹੱਥ ਕੜੀ ਦਾਰੋ ਹੁੰਦਾ ਹੁਕਮ ਉਦੂਲ ਦਾ ਮੈਂ ਹੱਥ ਕੜੀ ਲਾ ਕੇ ਖੜਸਾਂ ਤਰਫ ਦਰਬਾਰ ਦੀ ਚੋਕ ਮਦੀਨੇ ਵਾਲੇ ਤੇ ਕੱਲ ਤੱਕ ਜਿਹੜਾ ਇੰਨਾ ਗੁਸੀਲਾ ਸਮਝਿਆ ਜਾਂਦਾ ਸੀ ਅੱਜ ਇਨਕਲਾਬ ਐਸਾ ਆਇਆ ਹੁਣ ਆਪਣਾ ਹੀ ਸਾਫਾ ਦਿੰਦਾ ਵੇਖੋ ਦਲੇਰੀਆਂ ਆਪਣਾ ਹੀ ਸਾਫਾ ਦਿੰਦਾ ਇਹ ਵੇਖੋ ਦਲੇਰੀਆਂ ਲੈ ਫੜ ਕੇ ਫਾਤਿਮਾ ਤੂੰ ਬਨ ਲੈ ਮੁਸ਼ਕਾਂ ਤੂੰ ਮੇਰੀਆਂ ਫਾਤਿਮਾ ਬਾਵਾਂ ਫੜ ਕੇ ਪਿਛਾਂ ਓਲੇਰੀਆਂ ਤੇ ਸਾਫੇ ਦੇ ਨਾਲ ਗੰਢ ਕੱਸ ਕੇ ਮਾਰਦੀ ਚੋਗ ਮਦੀਨੇ ਵਾਲੇ ਭੈਣ ਲੈ ਕੇ ਜਾ ਰਹੀ ਏ ਦਰੇ ਮੁਸਤਫਾ ਦੇ ਭੈਣ ਲੈ ਕੇ ਜਾ ਰਹੀ ਏ ਆਮਿਨਾ ਦੇ ਦੁਰੇ ਯਤੀਮ ਕੋਲ ਮੇਰੇ ਆਕਾ ਦਰ ਦਾਰੇ ਅਰਕਮ ਦੇ ਅੰਦਰ ਤਸ਼ਰੀਫ ਫਰਮਾਨ ਤੇ ਜੱਗਾਂ ਦੇ ਪੀਰ ਅਲੈਹਿ ਸਲਾਮ ਤੋਂ ਵਸਲਾਮ ਤੱਕ ਖਬਰਾਂ ਪਹੁੰਚੀਆਂ ਦਰਵਾਜ਼ਾ ਖਟਖਟਾਇਆ ਗਿਆ ਕੌਣ ਆਇਆ ਬਈ ਪਤਾ ਕਰੋ ਕੌਣ ਆਇਆ ਅੱਲਾਹ ਦੇ ਪਿਆਰੇ ਨਬੀ ਜੀ ਦਰਵਾਜ਼ੇ ਤੇ ਉਮਰ ਆਇਆ ਉਮਰ ਦਾ ਨਾਮ ਖੌਫ ਦੀ ਅਲਾਮਤ ਸਮਝਿਆ ਜਾਂਦਾ ਸੀ ਹਜ਼ੂਰ ਦਰਵਾਜ਼ੇ ਤੇ ਉਮਰ ਆਇਆ ਔਰ ਹਜ਼ਰਤ ਉਮਰ ਤੋਂ ਕੁਛ ਦਿਨ ਪਹਿਲਾਂ ਹਜ਼ਰਤ ਹਮਜ਼ਾ ਨੇ ਇਸਲਾਮ ਕਬੂਲ ਫਰਮਾਇਆ ਔਰ ਹਮਜ਼ਾ ਜੈਸਾ ਬਹਾਦਰ ਵੀ ਮਾਵਾਂ ਘੱਟ ਹੀ ਜੰਮਦੀਆਂ ਨੇ ਹਜ਼ੂਰ ਦੇ ਕੋਲ ਤਸ਼ਰੀਫ ਫਰਮਾ ਨੇ ਆਪ ਫਰਮਾਉਂਦੇ ਨੇ ਕੌਣ ਆ ਹਜ਼ੂਰ ਉਮਰ ਆਇਆ ਮੇਰੇ ਪਾਕ ਪੈਗੰਬਰ ਅਲੈਹਿ ਸਲਾਤੁ ਵਸਲਾਮ ਆਪ ਫਰਮਾਉਂਦੇ ਨੇ ਦਰਵਾਜ਼ਾ ਖੋਲ ਦਿਓ ਹਜ਼ੂਰ ਉਮਰ ਆਇਆ ਔਰ ਉਮਰ ਏਡਾ ਬਹਾਦਰ ਏ ਕਈ ਕਈ ਦਰਜਨੋਂ ਅਫਰਾਦ ਦਾ ਮੁਕਾਬਲਾ ਨਹੀਂ ਕਰ ਸਕਦੇ ਆਕਾ ਉਮਰ ਆਇਆ ਤੇ ਮੇਰੀ ਸਰਕਾਰ ਫਰਮਾਉਂਦੇ ਨੇ ਦਰਵਾਜ਼ਾ ਖੋਲ ਦਿਓ ਆਇਆ ਨਹੀਂ ਮੈਂ ਆਪ ਮੰਗਵਾਇਆ ਦਰਵਾਜ਼ਾ ਖੋਲ ਦਿਓ ਉਮਰ ਆਇਆ ਨਹੀਂ ਮੈਂ ਆਪ ਮੰਗਵਾਇਆ ਏ ਦਰਵਾਜ਼ਾ ਖੋਲਿਆ ਮੇਰੇ ਆਕਾ ਨਾ ਜਲਦੀ ਨਾਲ ਮੇਰੇ ਮਹਿਬੂਬ ਜੈਸਾ ਬਹਾਦਰ ਵੀ ਕਾਇਨਾਤ ਵਿੱਚ ਮਾਂ ਨੇ ਜੰਮਿਆ ਹੀ ਕੋਈ ਨਹੀਂ ਮੁਸਤਫਾ ਅਲੈਹਿ ਸਲਾਤੁ ਵਸਲਾਮ ਵੇਖਿਆ ਦਰਵਾਜ਼ਾ ਖੁੱਲਿਆ ਆਪ ਜਲਦੀ ਨਾਲ ਆਪਣੀ ਜਗ੍ਹਾ ਤੋਂ ਅੱਗੇ ਵੜੇ ਇੰਜ ਉਮਰ ਦੇ ਕੰਧੇ ਤੋਂ ਫੜ ਕੇ ਚੰਜੋੜਿਆ ਚੰਗੀ ਤਰ੍ਹਾਂ ਆਕਾ ਫਰਮਾਉਂਦੇ ਨੇ ਉਮਰ ਕਿੰਨਾ ਕੁ ਚਿਰ ਮੁਖਾਲਫਤਾਂ ਕਰਦਾ ਰਹਾਂਗਾ ਦੱਸ ਕਿਸ ਨੀਯਤ ਨਾਲ ਆਇਆ ਤੇ ਆਂਦਾ ਹਜ਼ੂਰ ਅਜੇ ਵੀ ਕੋ ਪੁੱਛਣ ਦੀ ਕਸਰ ਰਹਿ ਗਈ ਏ ਅਸ਼ਹਾਦੋ ਅੱਲਾਹ ਇਲਾਹ ਕਲਮਾ ਪੜਦਾ ਤੇ ਹਜ਼ੂਰ ਦੇ ਗੁਲਾਮਾਂ ਚ ਸ਼ਾਮਿਲ ਹੋ ਜਾਂਦੇ ਨੇ ਅੱਲਾਹ ਦੀ ਕਸਮ ਸਹਾਬਾ ਨੇ ਸ਼ੌਕ ਨਾਲ ਜੋਸ਼ ਨਾਲ ਤਕਬੀਰ ਦੀਆਂ ਸਦਾਵਾਂ ਬੁਲੰਦ ਕੀਤੀਆਂ ਨੇ ਮੱਕੇ ਦੇ ਦਰੋ ਦੀਵਾਰ ਗੂੰਜ ਉੱਠਦੇ ਨੇ ਔਰ ਕੱਲ ਤੱਕ ਮੇਰੇ ਆਕਾ ਤੋਂ ਦੂਰ ਰਹਿਣ ਵਾਲਾ ਅੱਜ ਨਬੀ ਦੀ ਗੁਲਾਮੀ ਵਿੱਚ ਆ ਗਿਆ ਤੇ ਕਲਮਾ ਪੜਦਾ ਤੇ ਦਾਰਾ ਇਸਲਾਮ ਵਿੱਚ ਦਾਖਲ ਹੋ ਜਾਂਦਾ ਅੱਲਾਹ ਦੇ ਪਾਕ ਪੈਗੰਬਰ ਅਲੈਹਿ ਸਲਾਤੁ ਵਸਲਾਮ ਜਦੋਂ ਆਪ ਦੀ ਸੋਹਬਤ ਤੇ ਮਜਲਸ ਦੇ ਅੰਦਰ ਆਇਆ ਤੇ ਫਿਰ ਨਤੀਜਾ ਪਤਾ ਜੇ ਕੀ ਏ ਆਪ ਫਰਮਾਇਆ ਕਰਦੇ ਸਨ ਮੇਰੇ ਦੋ ਵਜ਼ੀਰ ਆਸਮਾਨਾਂ ਤੇ ਨੇ ਮੇਰੇ ਦੋ ਵਜ਼ੀਰ ਜ਼ਮੀਨ ਤੇ ਨੇ ਜਿਹੜੇ ਜ਼ਮੀਨ ਦੇ ਦੋ ਵਜ਼ੀਰ ਨੇ ਉਹਨਾਂ ਚੋਂ ਇੱਕ ਅਬੂ ਬਕਰ ਤੇ ਇੱਕ ਉਮਰ ਇੱਕ ਅਬੂ ਬਕਰ ਤੇ ਇੱਕ ਮੇਰਾ ਉਮਰ ਇਹ ਦੋ ਵਜ਼ੀਰ ਮੇਰੇ ਜ਼ਮੀਨ ਤੇ ਨੇ ਔਰ ਪਤਾ ਜੇ ਕੌਣ ਪਿਆਰੇ ਫਾਰੂਕ ਆਜ਼ਮ ਨੇ ਮੇਰੇ ਪਾਕ ਪੈਗੰਬਰ ਅਲੈਹਿ ਸਲਾਤੁ ਵਸਲਾਮ ਮੇਰਾਜ ਤੋਂ ਆਪ ਵਾਪਸ ਤਸ਼ਰੀਫ ਲੈ ਆਏ ਨਾ ਤੇ ਹਜ਼ੂਰ ਫਰਮਾਉਂਦੇ ਨੇ ਉਮਰ ਮੈਂ ਜੰਨਤ ਦੀ ਸੈਰ ਕਰਦਾ ਸਾਂ ਪਿਆ ਤੇ ਮੈਂ ਵੇਖਿਆ ਇੱਕ ਬੜਾ ਆਲੀਸ਼ਾਨ ਮਹਿਲ ਬੜਾ ਖੂਬਸੂਰ
صورت محل تے میں پوچھیا جبریل ایڈا عالی شان ایڈا بہترین تے خوبصورت محل کدہ تے جبریل نے دسیا سی سونیو اے عمر دا محل او یار جیدے جنتی محل نبی آپ ویکھ کے آئے او دے جنتی ہون چ شک ہو سکدا جیدے جنتی ہون دیاں ضمانتاں تے گارنٹیاں آمینہ دے در یتیم علیہ الصلوۃ والسلام دین او دے جنتی ہون وچ شک کرن والے نو اپنے ایمان دی فکر کرنی چاہی دی اے میں دس رہا ہاں کہ جب تک مصطفیٰ تو دور رہ اونی دیر تک تے دور رہا تے جدوں کائنات دے امام علیہ السلام دے لاگے پہنچے آپ دے قریب آئے نا پھر اللہ ذوالجلال دی قسم عمر زمین تے رائے دیندا اللہ عرش برین تو قرآن دیاں ایتاں بنا دیندے نے عمر رائے زمین تے دین دینے اللہ عرش برین تو قرآن بنا کے نازل فرما دین دینے حضور نو ایک دن عرض انج طواف کیتا نا بیت اللہ دا اندنے سونے ہو میرا دل کر دا مقام ابراہیم والی جگہ جیڑی ہے ایتھے سانو طواف کر کے دو نفل ادا کرنے چاہی دینے دو رکتاں ادا کرنیا چاہی دیا نے میرے آقا علیہ سلام اجے خاموش نے اللہ نے قرآن نازل فرمایا وَاتَّخِذُوا مِن مَقَامِ إِبْرَاهِيمَ مُصَلَّى اج دے بعد ہر طواف کرن والا بندہ طواف دے آخر تے مقام ابراہیم تے دو نفل ضرور ادا کرے گا میرے آقا دا غلام ہن اللہ نے اتنا شان عطا فرمایا چل دے زمین تے نے انہاں دی رائے دے مطابق اللہ عرشاں تو قرآن نازل فرما دین دینے میری تے تواڈی اما جان حضرت سیدہ عائشہ رضی اللہ تعالی عنہا ماں جی تے دشمنان اسلام نے بہتان لگائے اما جی دے خلاف زبان درازیاں کیتیاں الزامات لگائے گیا تے جگاں دے پیر علیہ السلام پریشان نے صحابہ پریشان نے اور اے الزام تے تو تے بہتان جیڑا صرف عائشہ تے نہیں سیدھا ابو بکر دے گھر پہنچ دائے اور ابو بکر تے نہیں آمینہ دے لال تک پہنچ دا گہری سازش سی اے نبی تک نہیں گل رہن دے اگر معاذ اللہ عائشہ چ مسئلہ پیدا ہوندا تے پورے اسلام دی بنیاد جیڑی ہے او خطرے دے اندر محسوس ہوندی ہے دشمن نے ایڈی کمینگی دی انتہا کیتی ہے میرے آقا صحابہ کولو مشاورت فرما رہنے صحابیوں منو عائشہ دے بارے کوئی رائے دیو مشورہ دیو جناب علی کولو بھی مشورہ لیا اور بھی صحابہ کولو تے ہن میرے آقا جناب عمر نو فرما رہنے عمر عائشہ دے مسئلے چ میں پریشان عائشہ تے بہتان الزام ہے مینو عائشہ دے بارے مشورہ دے تے ہن جناب عمر دی رائے سنو ذرا آندے نے حضور میں تواڈی گل دا جواب تے بعد وچ دیاں گا پہلا ایک میری گل دا جواب ارشاد فرما دیو حضور عائشہ نال نکاح کی دی مرضی نال کیتا جے ساڈے ماحول ہے نا ساڈے کہ جیڑا رشتہ کران والا ہوئے نا جے تے گھر وس جا تے ساری عمر کسی نے پتہ ہی نہیں ہوندا رشتہ کرایا کنے میں تے جے خدا نہ خواستا ماڑا جا کتے مسئلہ پیدا ہو جا آندے نے اونوں لبو اونوں لیاؤ جن نے رشتہ کروایا اللہ اللہ حضور تہاڈی گل دا جواب میں بعد وچ عرض کرنا پہلا ارشاد فرماؤ رشتہ کن نے کروایا ابو بکر نے عمر نے اپنی مرضی نہ کیتا دے عثمان دی مرضی فرمان نہیں
ਐਸ਼ਾ ਦੀ ਕੈਫੀਅਤ ਵੇ ਮੈਂ ਰਾਤ ਸੁੱਤਾ ਹੁੰਦਾ ਸਾਂ। ਸਹੀ ਉਲ ਬੁਖਾਰੀ ਦੀ ਰਿਵਾਇਤ, ਮੈਂ ਰਾਤ ਸੁੱਤਾ ਹੁੰਦਾ ਸਾਂ, ਇੱਕ ਰੇਸ਼ਮੀ ਕੱਪੜੇ ਦਾ ਟੁਕੜਾ ਜਿਬਰੀਲ ਮੇਰੇ ਕੋਲ ਲੈ ਕੇ ਆਉਂਦੇ ਅਤੇ ਇੰਜ ਨਾ ਮੇਰੇ ਸਾਹਮਣੇ ਫੈਲਾ ਦਿੰਦੇ ਅਤੇ ਹਜ਼ੂਰ ਫਰਮਾਉਂਦੇ ਨੇ ਉਹਦੇ ਦਰਮਿਆਨ ਵਿੱਚ ਇੱਕ ਤਸਵੀਰ ਹੁੰਦੇ ਅਤੇ ਜਿਬਰੀਲ ਅਰਜ਼ ਕਰਦੇ, ਸੋਹਣਿਓ ਆ ਦੁਨੀਆ 'ਤੇ ਵੀ ਤੁਹਾਡੀ ਬੀਵੀ ਏ ਅਤੇ ਆਖਰਤ ਵਿੱਚ ਵੀ ਤੁਹਾਡੀ ਬੀਵੀ ਹੋਏਗੀ। ਆ ਫਰਮਾਉਂਦੇ ਨੇ ਅਤੇ ਜਦੋਂ ਐਸ਼ਾ ਮੇਰੇ ਨਿਕਾਹ ਵਿੱਚ ਆਏ ਮੈਂ ਵੇਖਿਆ ਉਹ ਤੇ ਐਸ਼ਾ ਦੀ ਤਸਵੀਰ ਸੀ। ਇਹਦਾ ਮਤਲਬ ਇਹ ਵੇ ਐਸ਼ਾ ਨਾਲ ਨਿਕਾਹ ਅਬੂ ਬਕਰ ਦੀ ਮਰਜ਼ੀ ਨਾਲ, ਉਮਰ ਦੀ ਮਰਜ਼ੀ ਨਾਲ ਨਹੀਂ ਬਲਕਿ ਅਰਸ਼ ਵਾਲੇ ਰੱਬ ਦੀ ਮਰਜ਼ੀ ਨਾਲ ਹੋਇਆ ਏ। ਤੇ ਮੇਰੇ ਆਕਾ ਨੂੰ ਜਨਾਬੇ ਉਮਰ ਅਰਜ਼ ਕਰਦੇ ਨੇ, ਇਹ ਮੇਰੇ ਮਹਬੂਬ ਪੈਗੰਬਰ, ਜੇ ਅਰਸ਼ ਵਾਲੇ ਰੱਬ ਦੀ ਮਰਜ਼ੀ ਨਾਲ ਹੋਇਆ ਤੇ ਫਿਰ ਇਹ ਕਿਵੇਂ ਹੋ ਸਕਦਾ? ਨਬੀ ਖੁਦ ਪਾ ਕੇ, ਨਬੀ ਨਬੀ ਹੌਲੀ ਹੌਲੀ ਬੋਲਦੇ ਹੋ, ਕੋਈ ਗੜਬੜ ਤੁਹਾਡੇ ਹੀ ਲੱਗਦੀ ਵੀ ਨਬੀ ਨਬੀ ਪਾ ਕੇ ਤੇ ਬੋਲੋ, ਨਬੀ ਦਾ ਬਿਸਤਰ ਵੀ ਨਬੀ ਆਪ ਪਾ ਕੇ, ਨਬੀ ਦਾ ਘਰ ਵੀ ਪਾ ਕੇ, ਨਬੀ ਦਾ ਬਿਸਤਰ ਵੀ ਪਾ ਕੇ ਤੇ ਨਬੀ ਦੇ ਪਾਕ ਬਿਸਤਰ ਵਾਸਤੇ ਅੱਲਾ ਇੰਜ ਦੀ ਬੀਵੀ ਦਾ ਇੰਤਖਾਬ ਕਰ ਸਕਦੇ ਹੀ ਨਹੀਂ। ਉਮਰ ਫਿਰ ਕੀ ਆਉਂਦਾ? ਆਉਂਦੇ ਨੇ ਸੋਹਣਿਓ ਜੇ ਮੈਨੂੰ ਪੁੱਛਦੇ ਹੋ ਮੈਂ ਆਨਾ ਹਾਜ਼ਾ ਬਹੁਤਾਨੋ ਨਾਜ਼ੀਮ, ਇਹ ਤੇ ਸਰਾਸਾਰੀ ਬਹੁਤਾਨ, ਸਰਾਸਾਰ ਇਲਜ਼ਾਮ ਹੈ, ਇਹ ਰਾਏ ਵੇ ਉਮਰ ਦੀ। ਤੇ ਅਰਸ਼ ਵਾਲੇ ਰੱਬ ਨੇ ਕੁਰਾਨ ਨਾਜ਼ਲ ਫਰਮਾਇਆ, ਫਰਮਾਇਆ ਸੁਬਹਾਨਕਾ ਹਾਜ਼ਾ ਬਹੁਤਾਨ ਨਾਜ਼ੀ। ਸੁਣਿਓ ਜਦੋਂ ਤੁਹਾਡੇ ਤੱਕ ਇਹ ਖਬਰ ਆਈ, ਤੁਹਾਨੂੰ ਪਤਾ ਲੱਗਾ, ਜਦੋਂ ਤੁਸੀਂ ਸੁਣਿਆ ਤੇ ਤੁਸੀਂ ਫੌਰਨ ਇਹ ਕਿਉਂ ਨਹੀਂ ਕਹਿ ਦਿੱਤਾ ਇਹ ਤੇ ਸਰਾਸਰ ਬਹੁਤਾਨ ਹੈ ਤੇ ਇਲਜ਼ਾਮ ਹੈ? ਯਾਨੀ ਮਾਂ ਆਇਸ਼ਾ ਸਿੱਦੀਕਾ ਦੇ ਕਿਰਦਾਰ ਦੀ ਗਵਾਹੀ ਆਮ ਕਿਸੇ ਦੁਨੀਆ ਦੇ ਇਨਸਾਨ ਨੇ ਨਹੀਂ ਬਲਕਿ ਅਰਸ਼ ਵਾਲੇ ਰੱਬ ਰਹਿਮਾਨ ਨੇ ਗਵਾਹੀ ਦਿੱਤੀ। ਯਾਨੀ ਜਨਾਬੇ ਉਮਰ ਦੀ ਰਾਏ ਦੇ ਮੁਤਾਬਕ ਅੱਲਾਹ ਜ਼ੁਲ ਜਲਾਲ ਨੇ ਆਪਣਾ ਕੁਰਾਨ ਨਾਜ਼ਲ ਫਰਮਾ ਕੇ ਆਇਸ਼ਾ ਦੀ ਸਦਾਕਤ ਦੀ, ਆਇਸ਼ਾ ਦੀ ਤਹਾਰਤ ਦੀ ਆਪ ਗਵਾਹੀ ਦਿੱਤੀ। ਇਸ ਵਾਸਤੇ ਦੋਸਤੋ ਪਿਆਰੇ ਪੈਗੰਬਰ ਅਲੀ ਸਲਾਮ ਦੇ ਸਾਰੇ ਯਾਰ ਅਫਜ਼ਲ ਤੇ ਆਲਾ ਨੇ, ਪਿਆਰੇ ਪੈਗੰਬਰ ਅਲੀ ਸਲਾਮ ਦਾ ਹਰ ਸਾਥੀ ਬੜੀ ਇੱਜ਼ਤ ਤੇ ਬੜੀ ਅਜ਼ਮਤ ਵਾਲਾ, ਔਰ ਜਨਾਬੇ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਅਨਹੋ, ਉਹ ਹਸਤੀ ਨੇ ਜਿਨ੍ਹਾਂ ਨੂੰ ਮੁਸਤਫਾ ਅਲੀ ਸਲਾਮ ਨੇ ਰੱਬ ਕੋਲੋਂ ਮੰਗ ਕੇ ਲਿਆ, ਔਰ ਪਿਆਰੇ ਪੈਗੰਬਰ ਅਲੀ ਸਲਾਮ ਨੇ ਜਿਨ੍ਹਾਂ ਨੂੰ ਆਪਣਾ ਵਜ਼ੀਰ ਬਣਾਇਆ। ਦੁਆ ਕਰੋ ਅੱਲਾ ਸਾਨੂੰ ਸਾਰਿਆਂ ਨੂੰ ਨਬੀ ਦੇ ਯਾਰਾਂ ਦਾ ਸੱਚਾ ਯਾਰ ਬਣਾਏ, ਔਰ ਕਿਤਾਬ ਓ ਸੁਨਤ ਦੇ ਮੁਤਾਬਕ ਜ਼ਿੰਦਗੀ ਬਸਰ ਕਰਨ ਦੀ ਤੌਫੀਕ ਨਸੀਬ ਫਰਮਾ। ਮੀਆਂ ਸ਼ੌਕਤ ਸਾਹਿਬ, ਉਹਨਾਂ ਦੀ ਹਮਸ਼ੀਰਾ ਮੁਹਤਰਮਾ ਸਖ਼ਤ ਬਿਮਾਰ ਨੇ, ਉਹਨਾਂ ਵਾਸਤੇ ਦੁਆ ਫਰਮਾਉਣਾ ਅੱਲਾ ਉਹਨਾਂ ਨੂੰ ਸਿਹਤ ਕਾਮਿਲਾ ਆਜਲਾ ਨਸੀਬ ਫਰਮਾਏ। ਇੱਕ ਹੋਰ ਦੋਸਤ ਨੇ ਕੈਂਸਰ ਦੀ ਤਕਲੀਫ ਹੈ, ਉਹਨਾਂ ਨੂੰ ਅੱਲਾ ਉਹਨਾਂ ਨੂੰ ਵੀ ਮੁਕੰਮਲ ਸ਼ਿਫਾ ਅਤਾ ਫਰਮਾਏ। ਦੀਗਰ ਜਿਤਨੇ ਮੁਸਲਮਾਨ ਮਰਦ ਔਰਤਾਂ ਬਿਮਾਰ ਨੇ ਅੱਲਾ ਤਮਾਮ ਨੂੰ ਸ਼ਿਫਾ ਕਾਮਿਲਾ ਅਤਾ ਫਰਮਾਏ। بسم الله الرحمن الرحيم الحمد لله رب العالمين والعاقبة للمتقين والصلاة والسلام على رسوله الكريم اللهم صل على محمد وعلى آل محمد وبارك وسلم وصل عليه أذهب البأس رب الناس واشف أنت شافي لا شفاء إلا شفاءك شفاء لا يغادر سقما ਅੱਲਾ ਸਾਡੇ ਤਮਾਮ ਬਿਮਾਰਾਂ ਨੂੰ ਸ਼ਿਫਾਏ ਕਾਮਿਲਾ ਨਸੀਬ ਫਰਮਾ, ਤੰਗ ਦਸਤਾਂ ਦੀਆਂ ਤੰਗ ਦਸਤੀਆਂ ਦੂਰ ਫਰਮਾ, ਬੇ ਔਲਾਦਾਂ ਨੂੰ ਨੇਕ ਸਾਲੇ ਔਲਾਦਾਂ ਅਤਾ ਫਰਮਾ। ਅੱਲਾ ਸਾਨੂੰ ਅਤੇ ਸਾਡੀਆਂ ਔਲਾਦਾਂ ਨੂੰ ਆਪਣੇ ਦੀਨ ਦੇ ਖਾਦਮ ਬਣਾ। ਮੇਰੇ ਮੌਲਾ ਜਬ ਤੱਕ ਜ਼ਿੰਦਾ
رکھیں اسلام تے رکھیں موت آئے تھی کلمہ نصیب فرما خاتمہ بالایمان خاتمہ بالخیر فرما قیامت دے دن اپنے پاک نبی دے ہتھوں حوض کوثر دا جام نصیب فرما اللہ اپنے اس گھر نو رہندی دنیا تک آباد فرما مولا جو اینو آباد رکھ دینے تو نا دے کرانو آباد فرما اللہ اپنے فضل نال کشمیر دے مظلوم مسلمانہ دی مدد فرما میرے شاہا اونا بیٹیاں دیا عصمتاں نو تار تار کیتا جا رہا اللہ اپنی رحمت اونا دیا عزتاں دی حفاظت فرما اللہ جواناں دیا اللہ زندگیاں خطرے چ نے اللہ اونا دے سینیاں نو چھلنی کیتا جا رہا مولا اپنی رحمت نال اونا نو آزادی نصیب فرما اللہ پاکستان دے ذرے ذرے دی حفاظت فرما فلسطین دے مسلمانہ دی مدد فرما اللہ بیت المقدس تے حرمین شریفین دی حفاظت فرما رب اغفر وارحم وانت خیر الراحمین صلی اللہ تعالیٰ علی خیر خلقہ محمد وآلہ وصحبہ اجمعین توحید چینل یوٹیوب تو ڈاؤنلوڈ کر سکتے ہو جڑے دوست کرنا چاہن توحید چینل